ਝੋਨੇ ਦੀ ਲਵਾਈ ਲਈ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਕਰਦਿਆਂ ਜ਼ਿਲ੍ਹੇ ਭਰ ਦੇ ਕਿਸਾਨਾਂ ਨੇ ਵੱਖ ਵੱਖ ਥਾਈ ਪਾਵਰਕੌਮ ਦੇ ਅਧਿਕਾਰੀਆਂ ਦੇ ਦਫ਼ਤਰਾਂ ਅੱਗੇ ਧਰਨੇ ਪ੍ਰਦਰਸ਼ਨ ਕੀਤੇ। ਇਸੇ ਕੜੀ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ 12 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਦੇ ਹੱਕ 'ਚ ਸੰਗਰੂਰ ਦੇ ਵਿਧੀਕ ਨਿਗਰਾਨ ਇੰਜੀਨੀਅਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ। ਧਰਨੇ ਦੀ ਅਗਵਾਈ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਨੇ ਕੀਤੀ। ਆਗੂਆਂ ਨੇ ਕਿਹਾ ਕਿ ਸਰਕਾਰ ਆਖ ਰਹੀ ਹੈ ਕਿ ਝੋਨੇ ਦੀ ਲਵਾਈ 20 ਜੂਨ ਤੋਂ ਬਾਅਦ ਕੀਤੀ ਜਾਵੇ, ਪਰ ਝੋਨੇ ਦੀ ਲਵਾਈ ਲੇਟ ਹੋਣ ਕਾਰਨ ਪੱਕਣ ਵੇਲੇ ਇਸ ਵਿੱਚ ਨਮੀ ਰਹਿ ਜਾਵੇਗੀ, ਜਿਸ ਕਾਰਨ ਝੋਨੇ ਨੂੰ ਵੇਚਣ ਮੌਕੇ ਕਿਸਾਨਾਂ ਨੂੰ ਖੱਜਲ ਖੁਆਰ ਹੋਣਾ ਪਵੇਗਾ। ਉਨ੍ਹਾਂ ਮੰਗ ਕੀਤੀ ਹੈ ਕਿ ਝੋਨੇ ਦੀ ਬਿਜਾਈ ਲਈ ਉਨ੍ਹਾਂ ਨੂੰ 12 ਘੰਟੇ ਨਿਰਵਿਘਨ ਬਿਜਲੀ ਦਿੱਤੀ ਜਾਵੇ ਤਾਂ ਜੋ ਉਹ ਝੋਨਾ ਸਹੀ ਟਾਈਮ ਤੇ ਲਾ ਸਕਣ। ਅਸੀਂ ਨੇ ਸਰਕਾਰ ਨਾਲ ਗੱਲਬਾਤ ਕਰਨ ਤੋਂ ਬਾਅਦ ਸਰਕਾਰ ਤੋਂ ਮੰਗ ਕੀਤੀ ਸੀ ਵੀ ਸਾਨੂੰ ਜਦੋਂ ਇਹ ਮੋਚਰ 24 ਹੈ, 24 ਮੋਚਰ ਦੀ ਸਾਨੂੰ ਖੁੱਲ੍ਹ ਦਿੱਤੀ ਜਾਵੇ ਅਤੇ 5000 ਕਿੱਲੇ ਦਾ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਕਣਕ ਵੀ ਲੇਟ ਹੋਊਗੀ। ਸਰਕਾਰਾਂ ਨੂੰ ਇਸ ਗੱਲ ਦਾ ਪਤਾ ਨਹੀਂ ਵੀ ਜਿਹੜੇ ਆਹ 10 ਦਿਨ ਨੇ, ਇਹ 10 ਦਿਨਾਂ ਦੇ ਵਿੱਚ ਵਿੱਚ ਕਿਸਾਨ ਦਾ ਕਿੰਨਾ ਨੁਕਸਾਨ ਹੁੰਦਾ, ਇਸ ਗੱਲ ਦਾ ਸਰਕਾਰ ਨੂੰ ਧਿਆਨ ਨਹੀਂ ਹੈ। ਅਸੀਂ ਇਸ ਗੱਲ ਨੂੰ ਮੁੱਖ ਰੱਖਦੇ ਹੋਏ ਵੀ ਅੱਜ ਅਸੀਂ ਨੇ ਇੱਥੇ ਲਗਾਤਾਰ ਜਿੰਨਾ ਚਿਰ ਵੀ ਸਾਨੂੰ ਇੱਥੇ ਬੈਠਣਾ ਪਵੇ, ਜੇ ਅੱਜ ਸਾਡੀ ਗੱਲ ਨਾ ਸੁਣੂਗੀ, 16 ਘੰਟੇ ਲਾਈਟ ਨਾ ਦਿੱਤੀ ਅਤੇ ਕਿਸਾਨ ਜੀਰੀ ਲਾਉਣ ਤੋਂ ਲੇਟ ਹੋ ਗਏ, ਕਿਉਂ ਜਿਹੜੀ ਊਸਾ 44 ਜੀਰੀ ਹੈ ਉਹ ਜੀਰੀ ਵੱਧ ਟਾਈਮ ਲੈਂਦੀ ਹੈ, ਜੇ ਉਹ ਲੇਟ ਹੁੰਦੀ ਹੈ ਤਾਂ ਮੌਸਮ ਉਦੋਂ ਮੋਚਰ ਇੰਨਾ ਹੁੰਦਾ ਵੀ ਜੀਰੀ ਨੂੰ ਜਿੰਨਾ ਮਰਜ਼ੀ ਸੁਕਾ ਲਈਏ ਉਹ ਮੋਚਰ 'ਚ ਨਹੀਂ ਆਉਂਦੀ ਅਤੇ ਝਾੜ ਵੀ ਘਟੂਗਾ। ਉਹ ਜੇ ਝਾੜ ਘਟਦਾ ਕਿਸਾਨ ਪਹਿਲਾਂ ਕਰਜਾਊਗਾ, ਉਹਦੇ ਕਰਜ਼ੇ ਬਹੁਤ ਥੱਲੇ ਹੋਰ ਦੇਵੂਗਾ। ਅਤੇ ਅਗਲੀ ਗੱਲ ਆ ਗਈ ਸਮੱਸਿਆ, ਜਿਹੜੀ ਕਣਕ ਬੀਜਾਂਗੇ ਜਦੋਂ ਲੇਟ ਬੀਜੂਗੀ, ਤੁਸੀਂ ਨੇ ਦੇਖਿਆ ਉਹ ਪਿੱਛੇ ਜੇ ਵੀ ਬਰਸਾਤ ਦੇ ਕਾਰਨ ਕੁਛ ਕਣਕਾਂ ਕਰੰਟ ਹੋ ਗਈਆਂ, ਜਦ ਦੁਬਾਰੇ ਬੀਜੀਆਂ ਉਹ ਰੇ ਵੀ 1.5 ਬੋਰੀ ਉਹਨੂੰ ਡਾਏ ਦੀ ਚਾਹੀਦੀ ਹੈ ਅਤੇ 22 ਦਿਨਾਂ 'ਚ ਘੱਟੋ ਘੱਟ ਉਹ ਨਿਕਲੂਗੀ, ਇਹਦਾ ਮਤਲਬ ਘੱਟੋ ਘੱਟ 1 ਮਹੀਨਾ ਲੇਟ ਹੋਜੂ। ਇਹਨਾਂ ਗੱਲਾਂ ਨੂੰ ਅਸੀਂ ਕਿਸਾਨੀ ਨੂੰ ਕਿੱਤੇ ਨੂੰ ਬਚਾਉਣ ਵਾਸਤੇ ਅਤੇ ਸਰਕਾਰਾਂ ਨੂੰ ਇਸ ਗੱਲ ਤੋਂ ਵੀ ਆਪਦੀਆਂ ਨੀਤੀਆਂ ਪੋਲਸੀਆਂ ਤੋਂ ਪਿੱਛੇ ਮੜੋ, ਕਿਸਾਨ ਨੂੰ ਬਚਾਉਣ ਵਾਸਤੇ ਕੋਈ ਨੀਤੀ ਪੋਲਸੀ ਬਣਾਏ ਵੀ ਚੰਗੀ, ਉਹਦੇ ਕਰਕੇ ਅਸੀਂ ਨੇ ਇਹ ਧਰਨਾ ਲਾਇਆ ਵੀ 16 ਘੰਟੇ ਹੁਣ ਸਾਡੀ ਮੁੱਖ ਮੰਗ ਹੈ ਵੀ ਸਾਨੂੰ ਲਾਈਟ ਚਾਹੀਦੀ ਹੈ ਕਿਸਾਨਾਂ ਨੂੰ, ਵੀ ਜੇ ਨਹੀਂ ਛੱਡਦੇ ਤਾਂ ਅਸੀਂ ਮਜਬੂਰ ਹੋਵਾਂਗੇ ਵੀ ਅਗਲਾ ਕਾੜਾ ਪ੍ਰੋਗਰਾਮ ਲਿਖਣ ਵਾਸਤੇ। ਅੱਜ ਸਰਕਾਰ ਕੋਲ ਟਾਈਮ ਹੈ, ਕਈ ਜਗ੍ਹਾ 'ਤੇ ਪੂਰੇ ਪੰਜਾਬ ਦੇ ਵਿੱਚ ਐਕਸ਼ਨਾਂ 'ਤੇ SDO ਦਫ਼ਤਰਾਂ ਦੇ ਮੂਹਰੇ ਸਾਡੇ ਪੂਰੇ ਪੰਜਾਬ 'ਚ ਹੀ ਲੱਗੇ ਹੋਏ ਨੇ ਮੋਰਚੇ, ਜੇ ਅੱਜ ਕੋਈ ਸੰਕੇਤ ਨਾ ਦਿੱਤਾ ਤਾਂ ਸਾਨੂੰ ਅਗਲੇ ਐਕਸ਼ਨ ਵਾਸਤੇ ਮਜਬੂਰ ਹੋਣਾ ਪਊਗਾ ਵੀ ਅਗਲਾ ਕਾਲਾ ਐਕਸ਼ਨ ਲਿਖ। ਅੱਜ ਦਾ ਜਿਹੜਾ ਧਰਨਾ ਹੈ ਸਾਡਾ ਕੱਲ੍ਹ ਤੋਂ ਸ਼ੁਰੂ ਹੈ, ਅੱਜ ਦੂਜੇ ਦਿਨ 'ਚ ਪੜਾਅ 'ਚ ਪਹੁੰਚ ਗਿਆ। ਤਕਰੀਬਨ ਸਾਡੇ ਸਾਰੇ ਪੰਜਾਬ ਦੇ ਵਿੱਚ 42-43 ਐਕਸ਼ਨਾਂ ਦੇ ਦਫ਼ਤਰਾਂ ਦੇ ਲੱਗੇ ਹੋਏ ਨੇ। ਸਾਡਾ ਮੁੱਖ ਏਜੰਡਾ ਇਹ ਹੈ ਵੀ ਝੋਨਾ ਸਰਕਾਰ ਨੇ, ਇਸੇ ਸਰਕਾਰ ਨੇ ਜਿਹੜੀ ਹੁਣ ਬਿਰਾਜਮਾਨ ਹੈ, ਕਿਸਾਨਾਂ ਨਾਲ ਇਹਨੇ ਵਾਅਦਾ ਕੀਤਾ ਸੀ ਵੀ 10 ਜੂਨ ਨੂੰ ਝੋਨਾ ਲਵਾਵਾਂਗੇ ਪਿਛਲੇ ਪਲੈਨ ਦੇ ਵਿੱਚ। ਐਤਕੀ ਇਹਨਾਂ ਨੇ 20 ਜੂਨ ਕਰਤੀ, ਕਿਉਂਕਿ ਸਰਕਾਰ ਕਿਸਾਨਾਂ ਨੂੰ ਖੇਤੀ ਕਰਨਾ ਸਿਖਾਉਂਦੀ ਹੈ, ਜਿਹੜਾ ਆਪ ਭੂਰਾ ਵੀ ਨਹੀਂ ਜਾਣਦੀ। ਪਿਛਲੀ ਅਕਾਲੀਆਂ ਦੀ ਸਰਕਾਰ ਸੀ, ਉਹਨੇ 15 ਜੂਨ ਕੀਤੀ ਤੀ, ਇਹਨਾਂ ਨੇ ਚੱਕ ਕੇ 20 ਕਰਤੀ। ਅਸੀਂ ਐਲਾਨ ਕਰ ਚੁੱਕੇ ਹਾਂ ਪਿਛਲੇ ਕਈ ਦਿਨਾਂ ਤੋਂ ਲਾ ਕੇ ਵੀ ਅਸੀਂ ਝੋਨਾ 10 ਜੂਨ ਨੂੰ ਲਵਾਵਾਂਗੇ। ਜਿਹੜੀ ਸਰਕਾਰ ਦੀ ਸ਼ਰਤ ਬੜੀ ਹੋਈ ਤੀ ਉਸੇ ਸ਼ਰਤ 'ਤੇ ਲਾਵਾਂਗੇ, ਅਸੀਂ ਕਾਨੂੰਨ ਦੀ ਜਮ੍ਹਾਂ ਵੀ ਲੰਘਣਾ ਕਰਦੇ। ਨਾਲ ਦੀ ਨਾਲ ਸਾਡੀ ਸੂਬਾ ਕਮੇਟੀ ਦੇ ਵਿੱਚ ਇਹ ਫੈਸਲਾ ਹੋ ਗਿਆ ਵੀ 11 ਤਰੀਕ ਨੂੰ ਅਸੀਂ ਲਗਾਤਾਰ ਐਕਸ਼ਨ ਦਫ਼ਤਰਾਂ ਦੇ ਵੀ ਬੈਠਾਂਗੇ, 16 ਘੰਟੇ ਲਾਈਟ ਦੀ ਵੀ ਗਰੰਟੀ ਕਰਵਾਵਾਂਗੇ ਐਕਸ਼ਨਾਂ ਤੋਂ, ਸਰਕਾਰ ਤੋਂ ਵੀ ਲਾਈਟ ਲਗਾਤਾਰ ਦਿਓ, ਕਿਸਾਨਾਂ ਨੇ ਜੀਰੀ ਲਾਉਣੀ ਹੈ, ਕਿਉਂਕਿ ਸਮਾਂ ਆ ਗਿਆ
ਜੀਰੀ ਦੇ ਵੀ ਇਹ ਜਿਹੇ ਨੇ ਜਿਹੜੀ ਊਸ਼ਾ 44 ਇਹਨਾਂ ਨੇ ਮਾਨਤਾ ਦਿੱਤੀ ਹੋਈ ਹੈ, ਜਾਂ ਕੋਈ ਭੂਰੀ ਊਸ਼ਾ ਹੈ ਉਹ ਸਮਾਂ ਵੱਧ ਲੈਂਦੀ ਹੈ। ਗਾਹਾਂ ਸਾਡੇ ਝੋਨੇ ਦੀ ਖਰੀਦ ਵੇਲੇ ਕਿਸਾਨਾਂ ਨੂੰ ਬਹੁਤ ਦਿੱਕਤ ਆਉਂਦੀ ਹੈ, ਇੰਸਪੈਕਟਰ ਖਰੀਦਦੇ ਨਹੀਂ ਹੈਗੇ, ਕਣਕ ਲੇਟ ਹੋ ਜਾਂਦੀ ਹੈ। ਇਸ ਕਰਕੇ ਅਸੀਂ ਇਹ ਐਲਾਨ ਕੀਤਾ ਵੀ ਸਰਕਾਰ ਗਾਹਾਂ ਜਾਈ ਜਾਂਦੀ ਹੈ, ਗਾਹਾਂ ਵਾਲੇ ਸਾਲ 'ਚ 25 ਜੂਨ ਕਰ ਦੂਗੀ। ਇਹ 'ਤੇ ਅਸੀਂ ਫੈਸਲਾ ਲਿੱਤਾ ਮੱਥ ਕੇ ਵੀ ਅਸੀਂ 10 ਜੂਨ ਨੂੰ ਝੋਨਾ ਚਾਲੂ ਕਰਵਾਇਆ ਵੀ ਹੈ। ਸਾਡੀ ਗੱਲਬਾਤ ਦਾ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ। ਇੱਕ ਮਹੀਨਾ ਹੋ ਗਿਆ ਸਾਡਾ ਐਲਾਨ ਕਰੇ ਨੂੰ, ਅਸੀਂ ਜੇ ਜਵਾਬ ਨਹੀਂ ਦਿੱਤਾ ਸਰਕਾਰ ਨੇ ਤਾਂ ਸਾਨੂੰ ਇਹ ਫੈਸਲੇ ਲੈਣੇ ਪਏ, ਅਤੇ ਅੱਜ ਅਸੀਂ ਇਸ ਧਰਨੇ ਦੇ ਦੂਜੇ ਦਿਨ ਦੇ ਵਿੱਚ ਬੈਠੇ ਹਾਂ। ਅਸੀਂ ਦੇਖਦੇ ਹਾਂ ਸੂਬਾ ਕਮੇਟੀ ਦਾ ਕੀ ਫੈਸਲਾ ਆਉਂਦਾ, ਉੱਤੋਂ ਅਸੀਂ ਤਿੱਖੇ ਪ੍ਰੋਗਰਾਮ ਵੀ ਕਰਨ ਤੱਕ ਜਾਵਾਂਗੇ ਜੇ ਸਾਡੀ ਸੂਬਾ ਕਮੇਟੀ ਨੇ ਫੈਸਲਾ ਕਰਕੇ ਸਾਡੇ ਕੋਲ ਲਾਉਣਾ। ਅਜੇ ਇਹ ਅਣਮਿੱਥੇ ਸਮੇਂ ਨੇ, ਇਹ ਲਗਾਤਾਰ ਚੱਲੂਗਾ ਜੀ। ਸੰਗਰੂਰ ਤੋਂ ਅਨਿਲ ਜੈਨ, ਖਬਰ ਹਰਪਲ, ਇੰਡੀਆ ਲਈ।